ਉਸ ਧੜੇ ਦੀ ਨਜ਼ਰ ਲਾਈ ਆ ਕੇ ਇੱਕ ਵਾਰੀ ਬੁਰਾ ਹੋਇਆ। ਗੱਡੀ ਹੋਰ ਵੀ ਟਰਬੋ ਹੈ ਨਾ, ਉਸ ਤੇ ਪੰਪ ਸ਼ੰਪ ਤੇ ਪੈਪ ਹੀ ਨੀ ਲੱਗੇ ਦੇ, ਪਰ ਉਹਨਾਂ ਭੇਜ ਸਕੇ ਬੜੇ ਪੇ ਦੇ, ਉਹ ਮੇਰੇ ਹਿਸਾਬ ਵਿਚ ਉਹਦੀ ਨਾ ਟੁੱਟਦੀ ਸੀ। ਉਸ ਤੇ ਉਤਰਾਈ ਵਿਚ ਰੇਸ ਹੋਵੇ ਤੇ ਫਿਰ ਖਰਾਬ ਹੁੰਦਾ ਹੈ ਇਹਦੇ, ਸਹੀ ਸੁਣਾ ਹੋਈ ਰੇਸ ਸਹੀ ਕਹਿੰਦੇ ਨਾ। ਅਗਲਾ ਦੇ ਜਨਾਜ਼ਾ ਜਿਹੜੇ ਆਏ ਅਗਲਾ ਰੇਸ ਜਨਾਜ਼ਾ ਦਾ ਜਿਹੜੇ ਆਇਆ ਜਿਹੜੇ ਲੋਹੀ ਚ ਪੰਪ ਖੜਾਣੇ ਆਏ ਤ੍ਰੀਏ ਚੌਥੇ ਵਿਚ ਰੇਸ ਪਿਕ ਹੁੰਦੀ ਹੈ ਨਾ, ਪਹਿਲਾਂ ਦੂਏ ਦਾ ਸਪੀਡ ਵਾਲਾ ਨੀ ਹੁੰਦਾ, ਉਹਦੇ ਸਹੁਰੇ ਦਾ ਗੇਅਰ ਹੁੰਦਾ ਪਹਿਲਾਂ ਦੂਆ, ਕਿਉਂ ਨਿਕਾਸ਼ ਬਾਈਪਾਸ ਤੇ ਖੜਾ ਸੀ, ਬਾਈਪਾਸ ਤੇ ਲੈ ਜਾਓ ਉਸਤਾਦੋ ਕੀ ਗਾੜੀ ਕੋ ਬਦਵਾ ਲੱਗੀ ਹੋਈ ਆ। ਬਾਈਪਾਸ ਦੀ ਤਰਫ ਜਾ ਰਹੇ ਹੈ, ਠੀਕ ਹੈ ਬਿਲਕੁਲ ਪਿਕ ਠੀਕ ਹੈ ਜੀ ਮਾਸ਼ਾ ਅੱਲਾਹ। ਧੂੰਆਂ ਨੀ ਹੁੰਦਾ ਨਾ, ਬਹੁਤ ਲੰਬੀ
ਹਾਈ ਸਪੀਡ ਆਉਂਦੀ ਹੈ। ਚੜਾਈ ਜਾਵੇ ਕਿਉਂ ਨਿਕਾਸ਼ ਇਹ ਤਾਂ ਟੱਕੀ ਹੈ ਨਾ ਸਾਰੀ ਇਹ ਪਲੈਨ ਦੇ ਨਹੀਂ ਫੁੱਲ ਪੈ ਰਹੇ ਦੇਵੇ ਤ੍ਰੀਆ ਲਾਏ ਤੇ ਤ੍ਰੀਆ ਠੀਕ ਹੈ ਨਾ ਅੱਧੇ ਪੈ ਰਹੇ ਤੇ ਕਿਸ ਕੀ ਬਿਲ ਬੈਠੀ।